चाहे लड़के देख ले इधर लड़ थे गिरदारी लाल नहीं मैं गई सिनेमा देखन ये तू कह बोल गई सिनेमा देखन मेरे नाल नाल चले नीगरदारी लाल शावा नीगरदारी ओए इधर ध्यान ज्यादा मेरे वाला आंदा देख लो मैं फड़े गए तुसी ट्रैक्टर राणा रणवीर भाजी दी वाइफ दा ते ओदा मैं नाम नहीं लूंगा फिर पता लग गया मेरे सर्कल च ओ ओ ओदा लेटर लिखण दा अजीब ही तरीका हुंदा सी ओने लिखणा हां कोई पेकिया तो नरम पटोला कोई पेटिया तो नरम पटोला तू लभ के लिया दे बाबी ए कोई पेकिया तो नरम पटोला कोई पेटिया तो नरम पटोला तू लभ के लिया दे बाबी ए पोस्टर वेख लिया के शावा नी गिरधारी लाल साडे नाल बहुत ही अहम ते दिग्गज कलाकार बैठे ने भाई करमजीत अनमोल ते राज धालीवाल जी बहुत बहुत स्वागत है जी भाई स्वागत है अच्छा भाई जिदा ना तुम कहते हैं भी कुड़ी होनी चाहिए चाहे नव चलती हो मेरा भी यही हाल है मैं भी थोड़ा यही कहना भी कुड़ी दे दो चाहे नव चलती हो एक बंदा तो नाल ही बैठा है इस जमाने च इहो जिहे बंदे मिलने तो बहुत पुरानी गल है सही गल है फिर तो थोड़े च फाट हो भरा ओह माय गॉड सच्ची गल है ना मैं तुम्हें एक चीज याद आती है कि मैं भी बसा च सीटा बहुत छड़िया ने पहली क्लास तो मैं पता जो भी गलत बोलता से मैं मेरे दोस्त मित्र उन्होंने भी पंजाबी सुधारी है मैं कदे नहीं मैं इदा मतलब बहुत मेरे मेरी पहली जो टेप आई मैं प्लस टू ची फर्स्ट ईयर चाहगा ਉਹਦੇ ਵਿੱਚ ਇੱਕ ਲਾਈਨ ਸੀਗੀ ਆਸ਼ਕ ਭਾਜੀ ਗਾਣਾ ਸੀਗਾ ਉਹ ਕਹਿੰਦਾ ਵਿਸਲ ਮਾਰ ਕੇ ਕੁੜੀ ਰੋਕ ਲਈ ਸੜਕੇ ਜਾਂਦਿਆਂ ਨੇ ਮੇਰੇ ਜਿੰਨੇ ਮਿੱਤਰ ਸੀ ਕਹਿੰਦੇ ਲੈ ਵੀ ਆਪਾਂ ਨੂੰ ਕਹਿੰਦਾ ਰਹਿੰਦਾ ਇਹ ਨਾ ਕਹਿੰਦਾ ਹੁਣ ਘੇਰਦੇ ਆ ਹਨਾ ਕਹਿੰਦੇ ਸੜਕੇ ਕਿਹਾ ਹੁੰਦੀ ਸੜਕ ਹੈ ਮੈਂ ਕਿਹਾ ਸੜਕ ਹੀ ਹੁੰਦੀ ਹੈ ਸੜਕ ਨਹੀਂ ਹੁੰਦੀ ਉਦੋਂ ਮੈਂ ਅਵੇਅਰ ਆ ਇਸ ਮਾਮਲੇ 'ਚ ਅੱਛਾ ਤੁਸੀਂ ਅੱਜ ਸੱਚੀ ਭਰਿੰਡ ਬਣ ਕੇ ਆਏ ਗੱਲ कोका गोले पाई फिर चल डूमने मख्याल दी मक्खी कहने मैं की ਗਿੱਪੀ ਦਾ ਵੱਡਾ ਭਰਾ ਅੱਛਾ ਮੈਨੂੰ ਲੱਗਦਾ ਤੁਹਾਡਾ ਨਾ ਪਹਿਲਾ ਕਰੈਕਟਰ ਮੈਡਮ ਹੋਣਾ ਨਾਲ
देख लो मैं फड़े गए तुसी भी मंजा मुंजा छड़या होगा सी जी दा मंजा मुंजा नहीं सड़दा मैं छड़दा छड़दा सड़या ओ तू ससे रुसदा लो भरा छड़या होगा तुसी मंजा कोई होया गल इदां ही छड़ दे ना ना देख ओदे ते मतलब क्राउड ही इन्ना सीगा बढ़िया मतलब किन्नीए कुड़ियां सी किन्नीए बुढ़ियां सी बेचारियां ना किन्ने ही बंदे किन्ने ही बुजुर्ग और ब्याह वाला माहौल सीगा मतलब ਪੂਰਾ ਜਿੱਦਾਂ ਵਿਆਹ ਪੁਰਾਣੇ ਵਿਆਹ ਨਹੀਂ ਦੇਖਦੇ ਹੁੰਦੇ ਉਦਾਂ ਦਾ ਮਾਹੌਲ ਸੀ ਤੁਹਾਡਾ ਕਿਦਾਂ ਰਿਹਾ ਸੀ ਮੇਰਾ ਕੈਰੈਕਟਰ ਰਾਣਾ ਰਣਵੀਰ ਭਾਜੀ ਦੇ ਅਪੋਜ਼ਿਟ ਹੈਗਾ ਆ ਇਹਨਾਂ ਦੀ ਵੱਡੀ ਭਾਬੀ ਦਾ ਕੈਰੈਕਟਰ ਹੈ ਕੈਰੈਕਟਰ ਰਾਣਾ ਰਣਵੀਰ ਭਾਜੀ ਦੀ ਵਾਈਫ ਦਾ ਭਾਜੀ ਕੈਰੀ ਹੋ ਰਿਹਾ ਹੈ ਪੜ੍ਹਦੇ ਹੁੰਦੇ ਆ ਕਿਸੇ ਦੀ ਬਾਇਓਗ੍ਰਾਫ ਤੇ ਕਿਤਾਬ ਬਣੀ ਤੁਹਾਨੂੰ ਪਤਾ ਵੀ ਕੀ ਹੈ ਕਿਸੇ ਦੇ ਲਵ ਲੈਟਰਾਂ ਤੇ ਵੀ ਕਿਤਾਬ ਬਣ ਜਾ ਰਹੀ ਹੈ ਪਲੇ ਕੀਤਾ ਸੀ ਤੇ ਸੰਜੂ ਸਲੰਕੀ ਨੇ ਬੜਾ ਵਧੀਆ ਸੀਗਾ ਤੇ ਇਹਨਾਂ ਦੇ ਲਵ ਲੈਟਰਾਂ ਤੇ ਕਿਤਾਬ ਬਿਲਕੁਲ ਤੁਹਾਨੂੰ ਕਿੱਦਾਂ ਦਾ ਕਿ ਚਾਨਣਾ ਰੱਖੋ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਤੁਸੀਂ ਲਿਖਿਆ ਲੈਟਰ ਲੂਟਰ ਆਪਣਾ ਸ਼ਾਇਦ ਨਹੀਂ ਲਿਖਿਆ ਪਰ ਲੋਕਾਂ ਦੇ ਬਹੁਤ ਲਿਖਿਆ ਜਿਹੜੇ ਦਾ ਵੀ ਕੋਈ ਐ ਜਾਂਦਾ ਬਾਈ ਲੈਟਰ ਲਿਖਦੇ ਪਿਆ ਸ਼ਬਦਾਵਲੀ ਵਧੀਆ ਹੁੰਦੀ ਸੀ ਬੜੇ ਲਿਖੇ ਨੇ ਹਾਂ ਅੱਛਾ ਇਹ ਵੀ ਕੀ ਹੁਨਰ ਹੁੰਦਾ ਸੀ ਨਾ ਇੱਕ ਇੱਕ ਸਾਡਾ ਮਿੱਤਰ ਹੈ ਤੇ ਉਹਦਾ ਮੈਂ ਨਾਂ ਨਹੀਂ ਲਊਂਗਾ ਫਿਰ ਪਤਾ ਲੱਗ ਜੂਗਾ ਮੇਰੇ ਸਰਕਲ 'ਚ ਉਹ ਉਹਦਾ ਲੈਟਰ ਲਿਖਣ ਦਾ ਅਜੀਬ ਤਰੀਕਾ ਹੁੰਦਾ ਸੀ ਉਹਨੇ ਲਿਖਣਾ ਹਾਂ ਉੱਥੇ ਬਿਸ਼ਮਕ ਚਿੰਨ ਜਿਹੜਾ ਹੁੰਦਾ ਮੈਂ ਤੈਨੂੰ ਪਿਆਰ ਕਰਦਾ ਹਾਂ ਕਿਉਂਕਿ ਹੈਨਾ ਫਿਰ ਕੁਛ ਨਾ ਕੋਈ ਗੱਲ ਅਫਸੋਸ ਇਹੋ ਜਿਹਾ ਕਰਕੇ ਬਾਅਦ ਬਿੰਦੀਆਂ 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 ਮਤਲਬ ਆਹ ਕਰਕੇ ਤੇ ਮੈਂ ਭਰਜਾਈ ਨੂੰ ਪੁੱਛਿਆ ਮਹਾਂ ਭਾਬੀ ਆਹ ਜਿਹੜਾ ਲਵ ਲੈਟਰ ਜਿਹਾ ਭੇਜਦਾ ਤੁਹਾਨੂੰ ਇਹਦੇ ਤੇ ਤੁਹਾਨੂੰ ਕੁਛ ਕੁਛ ਸਮਝ ਆਉਂਦਾ ਕਹਿੰਦੀ ਮੈਨੂੰ ਤਾਂ ਕਿਉਂਕਿ ਅਫਸੋਸ ਬਸ ਬਾਕੀ ਪਤਾ ਨੀ ਆਪਣੇ ਦਿਮਾਗ ਚ ਹੀ ਲਿਖ ਜਾਂਦਾ ਸੀ ਕਿ ਮੈਨੂੰ ਅੱਛਾ ਭਾਜੀ ਚਲੋ ਪਿਆਰ ਮੁਹੱਬਤ ਇੰਨਾ ਚੱਲਦਾ ਸੀ ਬਦਨਾਮ ਇਹਨਾਂ ਨੇ ਇੱਕ ਤੀਜਾ ਬੰਦਾ ਕੀਤਾ ਸੀਗਾ ਨਾਲ ਕਿਹੜਾ ਹਾਂਜੀ ਅਨੀਤਾ ਅਨੀਤਾ ਸੀ ਕਿ ਬਬੀਤਾ ਸੀ ਸੁਨੀਤਾ ਉਹ ਉਸੇ ਮਿੱਤਰ ਦੀ ਗੱਲ ਦੱਸਦਾ ਮੈਂ ਵੀ ਉਹ
ਮੈਂ ਨਾ ਪ੍ਰੋਗਰਾਮ ਤੇ ਜਾਣਾ ਸੀਗਾ ਸਵੇਰੇ ਉੱਥੇ ਯੂਨੀਵਰਸਿਟੀ ਕੋਲੇ ਮੇਰਾ ਰੂਮ ਲਿਆ ਹੁੰਦਾ ਸੀਗਾ ਉਹਨੂੰ ਮੈਂ ਛੱਡਤਾ ਸਵੇਰੇ 8 ਵਜੇ ਗਿਆ ਮੈਂ ਬਠਿੰਡੇ ਕੋਲੇ ਮੇਰਾ ਪ੍ਰੋਗਰਾਮ ਸੀਗਾ ਮੈਂ ਆਉਣਾ ਤੇ 5-4 ਪਰੌਂਠੇ ਬਣੇ ਪਏ ਸੀਗੇ ਉਹਦੇ ਚ ਛਾਬੇ ਚ ਹਨਾ ਡੱਬੇ ਚ ਮੈਂ ਕਿਹਾ ਉਹ ਖਾ ਲਈ ਕਹਿੰਦਾ ਮੈਂ ਆ ਕੇ ਖਾਣਾ ਫਿਰ ਫੋਨ ਕਰਿਆ ਮੈਂ ਮਾੜਾ ਜਿਹਾ ਜਦੋਂ ਮੈਂ ਵਾਪਸ ਆਇਆ ਮੈਂ ਰੱਖ ਲਿਆ ਵੀ ਗਰਮੀਆਂ ਦੇ ਦਿਨ ਹੀ ਸੀਗੇ ਉਦੋਂ ਨਾ ਸ਼ੋਅ ਦਾ ਤੇ ਮੈਂ ਵਾਪਸ ਆਇਆ 6 ਵਜੇ ਮੈਂ ਵਾਪਸ ਆ ਗਿਆ ਤੇ ਮੈਂ ਛੱਤ ਤੇ ਚੜ੍ਹਿਆ ਤੁਰਿਆ ਆ ਗਿਆ ਉਧਰੋਂ ਹਨਾ ਐਸ ਟੀ ਡੀ ਵੱਲੋਂ ਮੈਂ ਕਿਹਾ ਉਹ ਪਰੌਂਠੇ ਖਾ ਲਏ ਸਵੇਰੇ ਮੈਂ ਤਾਂ ਕਹਿੰਦਾ ਹੁਣ ਆਇਆ ਉਧਰ 8-10 ਘੰਟੇ ਕਿਆ ਬਾਤ ਹੈ ਫੋਨ ਤੇ ਲੱਗਿਆ ਰਿਹਾ ਬਹੁਤ ਅੱਛਾ ਬਾਅਦ ਫਿਰ ਬਲਬਲ ਦਾ ਪਤਾ ਲੱਗਦਾ ਸੀ ਉਹਦਾ ਫੋਨ ਤੇ ਲੱਗਿਆ ਹੁਣ ਥੱਲੇ ਲੱਗਿਆ ਹੋਇਆ ਤੁਹਾਡਾ ਕੀ ਸਿਸਟਮ ਹੁਣ ਜ਼ਿਆਦਾ ਬਹੁਤ ਵਧੀਆ ਡੈਕੋਰੇਸ਼ਨ ਕੀਤੀ ਹੋਈ ਹੈ ਲੋਕਡਾਊਨ ਦੇ ਵਿੱਚ ਇਹਨਾਂ ਨੇ ਉਹ ਕੰਮ ਕੀਤਾ ਕਿਆ ਬਾਤ ਹੈ ਔਰ ਲੋਕ ਪਟਿਆਲੇ ਦੇ ਇਹਨਾਂ ਦਾ ਘਰ ਦੇਖਣ ਆਉਂਦੇ ਉਹ ਪਾਰਕ ਜਿਹੜਾ ਇਹਨਾਂ ਨੇ ਬਹੁਤ ਖੂਬਸੂਰਤ ਬਣਾਇਆ ਵਧੀਆ ਗੱਲ ਹੈ ਆਪਣੇ ਘਰ ਨੂੰ ਸਾਫ਼ ਰੱਖੋ ਆਪਣੇ ਮੁਹੱਲੇ ਨੂੰ ਸਾਫ਼ ਰੱਖੋ ਇਹਨਾਂ ਨੇ ਰੱਖਿਆ ਕਿਆ ਬਾਤ ਅਸੀਂ ਆਹ ਲੋਕਡਾਊਨ 'ਚ ਚਾਹ ਚੂ ਬਣਾਉਣੀ ਸਿੱਖਿਆ ਤੁਸੀਂ ਚੰਗਾ ਕੰਮ ਕੀਤਾ ਵਧੀਆ ਗੱਲ ਹੈ ਸੋ ਪਹਿਲੀ ਥੋੜ੍ਹੀ ਫਿਲਮ ਬਾਰੇ ਗੱਲ ਕਰ ਲਈ ਨਾ ਨਹੀਂ ਕਿਵੇਂ ਦਾ ਸੀ ਕਿ ਕਹਾਣੀ ਥੋੜ੍ਹੀ ਜਿਹੀ ਰਿਵੀਲ ਨਾ ਕਰੋ ਤਾਂ ਕਿਵੇਂ ਦਾ ਕਨਸੈਪਟ ਹੁਣ ਜਾ ਰਿਹਾ ਇਸ ਵਾਰ ਤੁਹਾਡਾ ਇੱਕ ਮੇਰੇ ਕੈਰੇਕਟਰ ਦੀ ਗੱਲ ਕਰਾਂ ਕਿ ਮੇਰਾ ਇੱਕ ਭਰਜਾਈ ਦਾ ਕੈਰੇਕਟਰ ਆ ਤੁਹਾਨੂੰ ਪਤਾ ਹੈ ਘਰਾਂ ਦੇ ਵਿੱਚ ਭਰਜਾਈਆਂ ਮਤਲਬ ਇਹ ਬੜੀ ਲਵੇਬਲ ਭਰਜਾਈ ਆ ਮਤਲਬ ਕੋਈ ਇਹ ਨਹੀਂ ਹੈਗੀ ਖਾਰ ਖਾਣ ਵਾਲੀ ਭਰਜਾਈ ਨਹੀਂ ਅੱਛਾ ਕੈਰੇਕਟਰ ਹੈ ਦਿਓਰਾਂ ਨੂੰ ਵੀ ਪਿਆਰ ਕਰਦੀ ਹੈ ਇਹਦਾ ਹੀ ਭਰਜਾਈਆਂ ਹੋਣੀਆਂ ਚਾਹੀਦੀਆਂ ਨੇ ਇਹ ਮੇਰੇ ਬਾਰੇ ਕਹਿ ਰਹੇ ਨੇ ਚਲੋ ਥੋੜੇ ਜਿਹੇ ਮੈਂ ਆਪਦੇ ਲੈਣਾ ਵੀ ਚਲੋ ਤੁਸੀਂ ਉਹ ਕਰ ਲੈਣਾ ਸੋ ਫਾਈਨਲੀ ਵੀਰੇ ਤੁਸੀਂ ਕੀ ਕਹਿਣਾ ਚਾਹੋਗੇ ਫਿਲਮ ਬਾਰੇ ਫਿਲਮ ਬਹੁਤ ਵਧੀਆ ਹੈ ਜੀ ਮੈਂ ਪਹਿਲਾਂ ਕਾਫੀ ਫਿਲਮਾਂ ਕੀਤੀਆਂ ਗਿੱਪੀ ਨਾਲ ਗਿੱਪੀ ਵਧੀਆ ਫਿਲਮਾਂ ਚੂਜ਼ ਕਰਦਾ ਔਰ ਇਹ ਵੀ ਇੱਕ ਬਹੁਤ ਵਧੀਆ ਕਨਸੈਪਟ ਹੈ ਰਾਣਾ ਰਣਵੀਰ ਤੇ ਗਿੱਪੀ ਦਾ ਲਿਖਿਆ ਹੋਇਆ ਜੋੜੀ ਵਧੀਆ ਇਹਨਾਂ ਦਾ ਇਹਨਾਂ ਨੇ ਅਰਦਾਸ ਵੀ ਕੀਤੀ ਸੀ ਬੜੀ ਵਧੀਆ ਮੰਜੇ ਬਿਸਤਰੇ ਵੀ ਕੀਤੀ ਸੀ ਬੜੀ ਵਧੀਆ ਹੋਰ ਕਈ ਫਿਲਮਾਂ ਕੀਤੀਆਂ ਨੇ ਸਾਰੀਆਂ ਵਧੀਆ ਸਾਨੂੰ ਪੂਰੀ ਉਮੀਦ ਹੈ ਕਿ ਇਹ ਫਿਲਮ ਵੀ ਵਧੀਆ ਲੋਕ ਪਸੰਦ ਕਰਨਗੇ ਕਿਆ ਬਾਰੇ ਜਿੱਦਾਂ ਕਿ ਤੁਸੀਂ ਦੇਖ ਲਿਆ ਸਾਡਾ ਮਾਹੌਲ ਸਾਡਾ ਹਾਸੇ ਰਿਸ਼ਤਾ ਤੁਹਾਨੂੰ ਲੱਗ ਜੂ ਪਤਾ ਕਿ ਕਹਾਣੀ ਕਿੱਦਾਂ ਦੀ ਆ ਹਨਾ ਸਾਡੇ ਆਪਣੀ ਪਿੰਡਾਂ ਦੀ ਕਹਾਣੀ ਆ ਸੋ ਤੁਸੀਂ ਮੈਂ ਤਾਂ ਕਹੂੰਗਾ ਨਾ ਵੇਖਣੀ ਛੱਡਣੀ ਆ ਤੇ ਨਾ ਵੇਖਣੀ ਛੱਡਣੀ ਆ ਮੈਂ ਆਪ ਹੀ ਮੰਨਦੀ ਨਹੀਂ ਸੀ ਨਾ ਛੱਡਣੀ ਆ ਨਾ ਛੱਡਣੀ ਆ ਆਪਣੇ ਸੋ ਕਿਆ ਬਾਤ ਹੈ ਜੀ ਕਿ 17 ਦਸੰਬਰ ਦੀ ਆਪਾਂ ਨੂੰ ਬਹੁਤ ਬੇਸਬਰੀ ਨਾਲ ਉਡੀਕ ਹੈ ਕਿਉਂਕਿ ਜੰਗਾ ਵਾਲਾ ਕਰ ਦਊ ਗਿਰਧਾਰੀ ਲਾਲ ਜਿੰਗਲ ਬੈਲ ਜਿੰਗਲ ਬੈਲ ਸੋ ਜਾਂਦੇ ਜਾਂਦੇ ਵੀਰੇ ਉਹ ਇੱਕ ਬੋਲੀ ਪਾ ਦਿੰਦੇ ਸ਼ਾਬਾਨੀ ਗਿਰਧਾਰੀ ਲਾਲ ਬੱਲੇ ਨੀ ਗਿਰਧਾਰੀ ਲਾਲ ਸ਼ਾਬਾਨੀ ਗਿਰਧਾਰੀ ਲਾਲ ਨੀ ਮੈਂ ਗਈ ਸਿਨੇਮਾ ਦੇਖਣ ਇਹ ਤੂੰ ਕਹਿ ਬੋਲ ਗਈ ਸਿਨੇਮਾ ਦੇਖਣ ਮੇਰੇ ਨਾਲ ਨਾਲ ਚੱਲੇ ਨੀ ਗਿਰਧਾਰੀ ਲਾਲ ਸ਼ਾਬਾਨੀ ਗਿਰਧਾਰੀ ਲਾਲ 17 ਦਸੰਬਰ ਨੂੰ ਗਿਰਧਾਰੀ ਲਾਲ ਸਤਿ ਸ਼੍ਰੀ ਅਕਾਲ